ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਵਾਸੀਆਂ ਨੂੰ। ਆਪਣੇ ਚੈਨਲ ਪੰਜਾਬ ਵੈਦਰ ਯਾਨੀ ਕਿ ਪੰਜਾਬ ਦਾ ਮੌਸਮ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਅਤੇ ਅੱਜ ਆਪਾਂ ਮੌਸਮ ਦੀ ਜਿਹੜੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ 10 ਤੋਂ ਲੈ ਕੇ 15 ਸਤੰਬਰ ਤੱਕ, ਕਿ ਇਹਨਾਂ ਦਿਨਾਂ ਦੌਰਾਨ ਜਿਹੜਾ ਪੰਜਾਬ ਦਾ ਮੌਸਮ ਹੈ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ। ਸੋ ਇਸ ਸੰਬੰਧ ਵਿੱਚ ਜਿਹੜੀ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਇੱਕ ਸਭ ਤੋਂ ਪਹਿਲਾਂ ਬੇਨਤੀ ਵੀ, ਹਾਲੇ ਤੱਕ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਿਰਪਾ ਕਰਕੇ ਆਪਣਾ ਚੈਨਲ ਪੰਜਾਬ ਵੈਦਰ ਨੂੰ ਸਬਸਕ੍ਰਾਈਬ ਕਰ ਲਓ, ਤਾਂ ਜੋ ਜਿਹੜੀਆਂ ਆਪਣੀਆਂ ਮੌਸਮ ਦੀ ਸੰਬੰਧੀ ਖਬਰਾਂ ਅਤੇ ਜਾਣਕਾਰੀ ਹੈ ਵੀਡੀਓਜ਼ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ, ਕਿਉਂਕਿ ਆਪਾਂ ਇਸ ਚੈਨਲ 'ਤੇ ਮੇਨ ਤੌਰ 'ਤੇ ਜਿਹੜੀ ਪੰਜਾਬ ਦੇ ਮੌਸਮ ਨਾਲ ਸੰਬੰਧਿਤ ਜਾਣਕਾਰੀ ਹੁੰਦੀ ਹੈ ਉਹੀ ਲੈ ਕੇ ਹਾਜ਼ਰ ਹੁੰਦੇ ਹਾਂ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਮੌਸਮ ਦੀ, ਜਿਹੜਾ ਮੌਸਮ ਹੈ 10 ਤੋਂ ਲੈ ਕੇ 15 ਤਰੀਕ ਦੀ ਗੱਲ ਕਰੀਏ ਤਾਂ ਇਹਨਾਂ ਦਿਨਾਂ ਵਿੱਚ ਜਿਹੜਾ ਪੰਜਾਬ ਅਤੇ ਕਹੀਏ ਨਾਲ ਲੱਗਦਾ ਹਰਿਆਣਾ ਰਾਜਸਥਾਨ ਦੇ ਕਹੀਏ ਤਾਂ ਆਪਾਂ ਪੂਰਾ ਉੱਤਰੀ ਭਾਰਤ ਦਾ ਤਕਰੀਬਨ ਪੂਰੀ ਤਰ੍ਹਾਂ ਨਾਲ ਖੁਸ਼ਕ ਰਹਿਣ ਦੀ ਉਮੀਦ ਬਣੀ ਹੋਈ ਹੈ। 10 ਤੋਂ 15 ਤਰੀਕ ਤੱਕ ਕਿਸੇ ਵੀ ਤਰ੍ਹਾਂ ਦੇ ਭਾਰੀ ਮੀਂਹ ਦੀ ਸੰਭਾਵਨਾ ਬਿਲਕੁਲ ਨਹੀਂ ਹੈ। 11 ਅਤੇ 12 ਸਤੰਬਰ ਨੂੰ ਹੋ ਸਕਦਾ ਹੈ ਕਿ ਪੰਜਾਬ ਵਿੱਚ ਕੁਝ ਇਲਾਕਿਆਂ ਵਿੱਚ ਬੱਦਲਵਾਈ ਹੋ ਸਕਦੀ ਹੈ, ਪਰ ਜਿਹੜਾ ਮੀਂਹ ਆ ਉਹ ਕਿਸੇ ਵੀ ਤਰ੍ਹਾਂ ਦਾ ਪੈਣ ਦੀ ਸੰਭਾਵਨਾ ਨਹੀਂ ਹੈ। ਪਰ ਕਿਉਂਕਿ ਜਿਹੜਾ ਇਹਨਾਂ ਦਿਨਾਂ ਵਿੱਚ ਮੌਸਮ ਅਚਾਨਕ ਬਦਲਦਾ ਰਹਿੰਦਾ, ਇਸ ਕਰਕੇ ਹੋ ਸਕਦਾ ਕਿ ਪੰਜਾਬ ਦੇ ਇੱਕ ਦੋ ਸਥਾਨਾਂ 'ਤੇ ਕੁਝ ਸਮੇਂ ਲਈ ਅਚਾਨਕ ਬਦਲੀ ਕਾਰਵਾਈ ਹੋਣ ਨਾਲ ਜਿਹੜੀ ਬਰਸਾਤ ਆ ਉਹ ਹੋ ਸਕਦੀ ਹੈ, ਪਰ ਉਹ ਵੀ ਥੋੜ੍ਹੇ ਸਮੇਂ ਲਈ ਹੋਵੇਗੀ। ਪਰ ਜ਼ਿਆਦਾਤਰ ਪੰਜਾਬ ਦੇ ਇਲਾਕੇ ਕਹੀਏ ਤਾਂ ਆਪਾਂ 90 ਤੋਂ ਲੈ ਕੇ 95% ਜਿਹੜੇ ਪੰਜਾਬ ਦੇ ਇਲਾਕੇ ਹੋਣਗੇ ਉਹ ਖੁਸ਼ਕ ਰਹਿਣਗੇ। ਅਤੇ ਇੱਕ ਚੰਗੀ ਗੱਲ ਇਹ ਹੈ ਵੀ ਜਿਹੜੀ ਹੁਣ ਪੱਛਮੀ ਹਵਾਵਾਂ ਚੱਲਣ ਦੇ ਆਸਾਰ ਬਣ ਰਹੇ ਹਨ, ਜਿਹੜੇ ਮੌਸਮ ਦੇ ਆਪਣੇ ਕਹੀਏ ਵਰਤਮਾਨ ਸਮੇਂ ਦੇ ਹਾਲਾਤ ਹਨ, ਉਹ ਇਹ ਦਰਸਾ ਰਹੇ ਹਨ ਕਿ ਪੱਛਮੀ ਹਵਾਵਾਂ ਜਿਹੜੀਆਂ ਪੱਛੋਂ ਦੀਆਂ ਜਿਹੜੀਆਂ ਕਿ ਕਿਸਾਨਾਂ ਲਈ ਬਹੁਤ ਲਾਹੇਵੰਦ ਹੁੰਦੀਆਂ ਨੇ। ਅਤੇ ਉਹ ਪੱਛਮੀ ਹਵਾਵਾਂ ਦਾ ਆਰੰਭ ਆ ਜਿਹੜਾ ਉਹ 9 ਅਤੇ 10 ਸਤੰਬਰ ਤੋਂ ਕਹੀ ਦਾ ਤਕਰੀਬਨ ਹੋ ਸਕਦਾ ਹੈ। 10-11 ਸਤੰਬਰ ਤੋਂ ਵਧੀਆ ਵਹਾਅ ਵਿੱਚ ਪੱਛਮੀ ਹਵਾਵਾਂ ਚੱਲਣ ਦੇ ਆਸਾਰ ਬਣ ਰਹੇ ਹਨ। ਅਤੇ ਹੁਣ ਜਿਹੜਾ ਉੱਤਰੀ ਭਾਰਤ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੈਸਟਰਨ ਡਿਸਟਰਬੈਂਸ, ਕੋਈ ਲੋਅ ਪ੍ਰੈਸ਼ਰ ਏਰੀਆ ਜਾਂ ਕਹੀਏ ਜਾਂ ਕੋਈ ਸਾਈਕਲੋਨਿਕ ਸਰਕੂਲੇਸ਼ਨ ਸਿਸਟਮ ਹੁੰਦੇ ਹਨ, ਚੱਕਰਵਾਤ, ਕਿਸੇ ਵੀ ਤਰ੍ਹਾਂ ਦਾ ਕੋਈ ਸਿਸਟਮ ਇਸ ਸਮੇਂ ਜਿਹੜਾ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਇਲਾਕਿਆਂ ਨੂੰ ਪ੍ਰਭਾਵਿਤ ਨਹੀਂ ਕਰ ਰਿਹਾ। ਸੋ ਇਹੀ ਉਮੀਦ ਬਣ ਰਹੀ ਹੈ, ਜ਼ਿਆਦਾਤਰ ਇਹੀ ਆਸਾਰ ਹਨ ਕਿ 10 ਤੋਂ ਲੈ ਕੇ 15 ਸਤੰਬਰ ਤੱਕ ਜਿਹੜਾ ਪੰਜਾਬ ਦਾ ਮੌਸਮ ਹੈ ਉਹ ਮੇਨ ਤੌਰ 'ਤੇ ਜ਼ਿਆਦਾਤਰ ਇਲਾਕਿਆਂ ਵਿੱਚ ਖੁਸ਼ਕ ਬਣਿਆ ਰਹੇਗਾ। ਕਈ ਇਲਾਕਿਆਂ ਵਿੱਚ ਗਰਮੀ ਆ ਜਿਹੜੀ ਚੰਗੀ ਬਣ ਪੈ ਸਕਦੀ ਹੈ, ਪਰ ਪੱਛਮੀ ਹਵਾਵਾਂ ਚੱਲਣ ਨਾਲ ਜਿਹੜੀ ਹੁੰਮਸ ਵਾਲੀ ਸਥਿਤੀ ਆ ਉਹਦੇ ਤੋਂ ਕੁਝ ਰਾਹਤ ਮਿਲਣ ਦੇ ਆਸਾਰ ਹਨ। ਹੁਣ ਤੱਕ ਦੇ ਲਈ ਇਹਨਾਂ ਜੀ, ਜਿਹੜੀ ਅਗਲੀ ਜਾਣਕਾਰੀ ਹੋਵੇਗੀ ਮੌਸਮ ਦੀ ਅਪਡੇਟ ਆਪਾਂ ਅਗਲੀ ਵੀਡੀਓ ਵਿੱਚ ਜਾਰੀ ਕਰਾਂਗੇ। ਅਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਧੰਨਵਾਦ ਜੀ।